ਮਹਿਸੂਸ ਕਰੋ, ਲਾਗੂ ਕਰੋ, ਲਾਗੂ ਕਰੋ। ਬਿਜਲੀ ਬੋਰਡ ਦੀ ਘਟੀਆ ਮੈਨੇਜਮੈਂਟ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬਿਜਲੀ ਬੋਰਡ ਦਾ ਘਟੀਆ ਚੇਅਰਮੈਨ ਹੋਏ ਹਰਿਆਮ ਸਰਕਾਰ, ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪਿੱਛੜੀ ਆਵਾਜ਼ ਆਈ ਹਾਏ 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 ਹਾਏ। ਆਦਮ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬਿਜਲੀ ਬੋਰਡ ਦਾ ਸੀਐਮ ਨੇ ਮੁਰਦਾਬਾਦ, 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 ਜ਼ਿੰਦਾਬਾਦ, ਜ਼ਿੰਦਾਬਾਦ, ਮੁਰਦਾਬਾਦ। ਪੰਜਾਬ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਅਤੇ ਤੁਸੀਂ ਦੇਖ ਰਹੇ ਹੋ ਡਾਕਟਰ ਵੀ ਹੜਤਾਲ ਤੇ ਚਲੇ ਗਏ। ਪੰਜਾਬ ਦੇ ਜਿਹੜੇ ਅਧਿਕਾਰੀ ਹੈ ਜਾਂ ਸਰਕਾਰ ਕੇ ਇਨ ਮੁਲਾਜ਼ਮਾਂ ਦੀ ਮੰਗ ਨਹੀਂ ਸੁਣੀ। ਮੁਲਾਜ਼ਮ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੈ ਔਰ ਉਹਨਾਂ ਇੱਕੋ ਮੰਗ ਹੈ ਕਿ ਮੁਲਾਜ਼ਮਾਂ ਦੀ ਮੰਗਾਂ ਨੂੰ ਸਰਕਾਰ ਪੂਰਾ ਕਰੇ। ਨਹੀਂ ਕਿ ਲਾਈਟ ਖਰਾਬ ਹੁੰਦੀ ਹੈ, ਬਿਜਲੀ ਖਰਾਬ ਹੁੰਦੀ ਹੈ, ਉਸਕੇ ਜ਼ਿੰਮੇਦਾਰ ਪ੍ਰਸ਼ਾਸਨ ਦੇ ਅਧਿਕਾਰੀ ਹੋਣਗੇ। ਸਾਹਿਲ ਚੌਹਾਨ ਜੀ, ਜੀ ਸਾਹਿਲ ਜੀ, ਆਹ ਜਿਹੜਾ ਕਿੰਨੇ ਦਿਨ ਵਾਸਤੇ ਪ੍ਰੋਟੈਸਟ ਹੈ ਔਰ ਕਿਸ ਤਰ੍ਹਾਂ? ਸਾਡਾ ਪ੍ਰੋਟੈਸਟ ਕਾਫੀ ਦਿਨਾਂ ਤੋਂ ਚੱਲਦਾ ਪਿਆ ਜੀ। ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰਦੀ ਪਈ। ਇਸ ਦੇ ਰੋਸ 'ਚ ਅੱਜ ਅਸੀਂ 3 ਦਿਨ ਦੀ ਸਮੂਹਿਕ ਛੁੱਟੀ ਭਰੀ ਹੈ। ਠੀਕ ਹੈ, ਕੋਈ ਕੰਮ ਨਹੀਂ ਹੋਣਾ 3 ਦਿਨ? ਨਹੀਂ, 3 ਦਿਨ ਵਾਸਤੇ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ਰਹੇ ਜੀ। ਕੋਈ ਬ੍ਰੇਕਡਾਊਨ ਆਉਂਦਾ, ਕੁਛ ਹੁੰਦਾ? ਉਹਦੇ ਵਾਸਤੇ ਸਰਕਾਰ ਦੇਖੇਗੀ, ਮੈਨੇਜਮੈਂਟ ਦੇਖੇਗੀ। ਸਾਡਾ ਕੋਈ ਵੀ ਮੁਲਾਜ਼ਮ ਇਸ ਦੇ ਵਿੱਚ ਸੰਘਰਸ਼ 'ਚ ਸਾਡੇ ਨਾਲ ਖੜੇ ਆ। ਕਿੰਨੇ ਕੁ ਮੁਲਾਜ਼ਮ ਅੱਜ ਸਟ੍ਰਾਈਕ ਵਿੱਚ ਸ਼ਾਮਿਲ ਹੋਏ? ਤਕਰੀਬਨ ਸਾਰੇ ਮੁਲਾਜ਼ਮ ਇਸ ਸੰਘਰਸ਼ 'ਚ ਸਾਡੇ ਨਾਲ ਆ। 25,000 ਤੋਂ 30,000 ਮੁਲਾਜ਼ਮ ਅੱਜ ਸਮੂਹਿਕ ਛੁੱਟੀ ਦੇ ਭਰੇ। ਇਸ 'ਚ ਕਲੈਰੀਕਲ ਵੀ ਹੈ ਜੀ, ਟੈਕਨੀਕਲ ਵੀ ਹੈ, ਸਾਰਾ ਸਟਾਫ ਹੈ ਜੀ। ਬਸ ਮੈਨੇਜਮੈਂਟ ਇੱਕ ਸਾਡੇ ਖਿਲਾਫ ਖੜੀ ਹੈ, ਜਿਹੜੀਆਂ ਮੰਗਾਂ ਲਾਗੂ ਕਰਕੇ ਵੀ ਸਾਨੂੰ ਅੱਗੇ ਦੇਈ ਜਾ ਰਹੀਆਂ ਤਰੀਕਾਂ ਕਿ ਹਾਂਜੀ ਸਾਡੀਆਂ ਹੁਣ ਹੋ ਜਾਣਗੀਆਂ, ਹੁਣ ਹੋ ਜਾਣਗੀਆਂ। ਹਜੇ ਤੱਕ ਮਤਲਬ ਕੁਝ ਜੀਆਂ ਚਾਲਾਂ ਚੱਲਦੀ ਪਈ ਆ ਜਿਹਦੇ ਨਾਲ ਸਾਡੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ। ਸਾਡੇ ਸਮੁੱਚੇ ਮੁਲਾਜ਼ਮ ਵਰਗ ਦੀ, ਇਹ ਟੈਕਨੀਕਲ ਅਤੇ ਕਲੈਰੀਕਲ ਸਟਾਫ ਦੀ ਕਈ ਤਰ੍ਹਾਂ ਦੀਆਂ ਮੰਗਾਂ ਨੇ, ਜਿਵੇਂ ਪੇਮੈਂਟ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੀ ਮੰਗਾਂ ਨੇ। ਇਹ ਮੀਟਿੰਗ ਦੇ ਕੇ ਉਹਨੂੰ ਵਾਰ ਵਾਰ ਮੁੱਕਰ ਜਾਣਾ, ਇਹ ਇਹਨਾਂ ਦਾ ਰਵੱਈਆ ਬਣਿਆ ਹੋਇਆ। ਉਸ ਰਵੱਈਏ ਤੋਂ ਦੁਖੀ ਹੋ ਕੇ ਅੱਜ ਰੋਸ ਵਜੋਂ 3 ਦਿਨ ਦੀ ਸਮੂਹਿਕ ਛੁੱਟੀ 'ਤੇ ਸਾਡੇ ਮੁਲਾਜ਼ਮ ਚਲੇ ਗਏ ਹਨ। ਸਮੂਹਿਕ ਛੁੱਟੀ ਦੇ ਵਿੱਚ ਸਾਡਾ ਮੁਲਾਜ਼ਮ ਕੰਮ ਕਰਦਾ ਹੈ, ਜੇ ਕੋਈ ਫਾਲਟ ਵੀ ਪੈਂਦਾ ਹੈ ਤਾਂ ਉਹ ਸਰਕਾਰ ਵੇਖੇਗੀ ਜਾਂ ਮੈਨੇਜਮੈਂਟ ਵੇਖੇਗੀ। ਸਾਡੀ ਪੰਜਾਬ ਦੇ ਮਿਨਿਸਟਰ ਹਰਭਜਨ ਸਿੰਘ ETO ਨਾਲ, ਬਿਜਲੀ ਮੰਤਰੀ ਨਾਲ ਜੁਆਇੰਟ ਫੋਰਮ 'ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੀ 2-3 ਵਾਰੀ ਮੀਟਿੰਗ ਹੋ ਚੁੱਕੀ ਆ, ਜਿਸ ਵਿੱਚ ਸਾਡੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਬਿਜਲੀ ਮੰਤਰੀ ਮੌਜੂਦ ਰਹੇ ਆ। ਪਰ ਉਸ ਮੀਟਿੰਗ ਵਿੱਚ ਕੋਈ ਵੀ ਸਰਕਾਰ ਸਿੱਟਾ ਨਹੀਂ ਕੱਢਦੀ, ਹਮੇਸ਼ਾ ਮੀਟਿੰਗ ਜਿਹੜਾ ਵਾ ਸਾਡੇ ਜਥੇਬੰਦੀਆਂ ਨੂੰ ਵਿਰੋਧ ਕਰਕੇ ਆਉਣਾ ਪੈਂਦਾ ਵਾ। ਕਈ ਵਾਰ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਰੇ ਜਥੇਬੰਦੀਆਂ ਨੂੰ ਮੀਟਿੰਗ ਦੇਣ ਦਾ ਵਿਸ਼ਵਾਸ ਦਿੱਤਾ ਵਾ। ਕੱਲ੍ਹ ਵੀ 10 ਤਰੀਕ ਦੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ, ਮੁੱਖ ਮੰਤਰੀ ਸਾਹਿਬ ਸਾਡੇ ਨਾਲ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਭੱਜਦੇ ਆ, ਮੁੱਕਰਦੇ ਆ। ਸਾਡਾ 12% DA ਪਿਆ ਵਾ, 5.5 ਸਾਲ ਦਾ ਏਰੀਅਰ ਪਿਆ ਵਾ, ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀਆਂ ਆਪਣੀਆਂ ਮੰਗਾਂ ਵਾ ਜਿਹੜੀਆਂ ਹੋਰ ਕੈਟਾਗਰੀਆਂ ਨਾਲੋਂ ਵੱਖਰੀਆਂ ਨੇ। ਕਿੰਨੇ ਕੁ ਮੁਲਾਜ਼ਮ ਤੁਹਾਡੇ ਹੋਵੇ ਜਿਹੜੇ ਅੱਜ ਸਮੂਹਿਕ ਛੁੱਟੀ ਦੇ ਰਹੇ ਪੰਜਾਬ ਦੇ? ਸਾਡੇ ਜੁਆਇੰਟ ਫਾਰਮ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਧਿਰਾਂ ਕੰਮ ਕਰ ਰਹੀਆਂ ਵਾ, ਉਹਨਾਂ ਦਾ ਅੱਜ ਟੋਟਲ A to Z ਕੰਮ ਬੰਦ ਆ, ਅਤੇ ਟੈਕਨੀਕਲ ਕੰਮਾਂ ਦਾ ਬਿਲਕੁਲ ਕੰਮ ਬੰਦ ਆ, LDC UDC ਦਾ ਵੀ ਕੰਮ ਬੰਦ ਆ। ਇਹ ਨਾ ਜੀ, ਸਾਡੀਆਂ ਮੈਨੇਜਮੈਂਟ ਨੇ ਪਹਿਲਾਂ ਕੁਛ ਕੁ ਦਿਨ ਪਹਿਲਾਂ ਨਹੀਂ, ਸਾਡਾ ਲੰਬਾ ਸੰਘਰਸ਼ ਚੱਲ ਰਿਹਾ ਜੀ, ਉਹਦੇ ਵਿੱਚ ਜੋ ਵੀ ਸਾਡੀਆਂ ਮੰਗਾਂ ਸੀਗੀਆਂ ਉਹ ਮੰਨ ਲਿਆ ਸੀਗੀਆਂ, ਅਤੇ ਉਹਨਾਂ ਨੇ ਮੰਗਾਂ ਮੰਨ ਕੇ ਵੀ ਸਰਕੂਲਰ ਨਹੀਂ ਜਾਰੀ ਕੀਤਾ ਜੀ, ਜਿਸ ਦੇ ਰੋਸ ਵਜੋਂ ਸਾਨੂੰ ਇਹ ਪ੍ਰੋਟੈਸਟ ਕਰਨਾ ਪੈ ਰਿਹਾ ਜੀ, ਅਤੇ 3 ਦਿਨਾਂ ਦੀ ਅਸੀਂ ਸਮੂਹਿਕ ਛੁੱਟੀ 'ਤੇ ਹਾਂ ਜੀ, 3 ਦਿਨਾਂ ਦੀ ਸਮੂਹਿਕ ਛੁੱਟੀ 'ਤੇ ਹਾਂ। ਜੇ ਕੋਈ ਵੀ ਬ੍ਰੇਕਡਾਊਨ ਆਉਂਦੀ ਆ ਉਹਦਾ ਸਾਰਾ ਤੋਂ ਸਾਰਾ ਜ਼ਿੰਮੇਵਾਰ ਮੈਨੇਜਮੈਂਟ ਅਤੇ ਇਹ ਗੰਦੀ ਸਰਕਾਰ ਆ ਜੀ, ਜਿਹੜੀ ਲਾ ਲਓ ਬੁੱਚੜ ਆਪਣਾ ਭਗਵੰਤ ਮਾਨ ਆ ਗਿਆ ਜੀ।
ਅੱਛਾ ਸਰ, ਜਿਹੜੇ ਮੁਲਾਜ਼ਮ ਸਟ੍ਰਾਈਕ 'ਤੇ ਚਲੇ ਗਏ ਹੈ, ਕਿਸ ਤਰ੍ਹਾਂ ਇਹ ਨਜਿੱਠਣਗੇ, ਕੰਮ ਕਿਸ ਤਰ੍ਹਾਂ ਹੋਊਗਾ, ਮਤਲਬ ਪਾਵਰ ਕੰਮ? ਉਹ ਕਹਿੰਦੇ ਅਸੀਂ ਕੋਈ ਬ੍ਰੇਕ ਡਾਊਨ ਦਾ ਕੰਮ ਨਹੀਂ ਕਰੇਗਾ। ਇਹ ਸਾਡੇ ਪਾਵਰ ਕੋਮ ਦੇ ਕਰਮਚਾਰੀਆਂ ਨੇ 3 ਦਿਨਾਂ ਦੀ ਜਿਹੜੀ ਸਮੂਹ ਛੁੱਟੀ ਲੈ ਕੇ ਹੜਤਾਲ ਕੀਤੀ ਹੈ। ਇਹਨਾਂ ਕੋਲ ਚੀਜ਼ਾਂ 'ਚ ਲੈਨਮੈਨ, ਏ ਐਲ ਐਮ, ਸਾਡੇ ਸਾਰੇ ਕਰਮਚਾਰੀ ਹਨ। ਹੁਣ ਜਿਹੜੀ ਇਹ ਇੱਥੇ ਸਪਲਾਈ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਜਿਹੜੇ ਐਸ ਡੀ ਓ ਸਾਹਿਬਾਨ ਨੇ ਜਿਹੜੇ ਡਿਊਟੀ ਦਿੱਤੇ ਨੇ, ਜਾਂ ਜਿਹੜੇ ਕੁਛ ਕਰਮਚਾਰੀ ਇਹੋ ਜਿਹੇ ਨੇ ਜਿਹੜੇ ਡਿਊਟੀ ਕਰ ਰਹੇ ਨੇ, ਉਹਨਾਂ ਤੋਂ ਹੀ ਸਾਰੀ ਸਪਲਾਈ ਚਲਾਉਣਗੇ। ਕਿੰਨੇ ਕੁ ਮੁਲਾਜ਼ਮ ਜਿਹੜੇ ਇੱਥੇ ਆਪਣੇ ਸਬਜ਼ੀਆਂ ਦੇ ਵਿੱਚ ਤੁਹਾਡੇ ਕੋਲ ਕੰਮ ਕਰਦੇ ਆ? ਸਾਡੇ ਕੋਲ ਤਕਰੀਬਨ ਡਿਵੀਜ਼ਨ ਦੇ ਵਿੱਚ 233 ਮੁਲਾਜ਼ਮ ਨੇ, ਜਿੱਦਾਂ ਜਿਨ੍ਹਾਂ ਦੇ ਵਿੱਚ ਘੱਟੋ ਘੱਟ ਸਾਡੇ ਕੋਲ 45 ਤੋਂ 50 ਦੇ ਵਿੱਚ ਮੁਲਾਜ਼ਮ ਹਾਜ਼ਰ ਨੇ। ਉਹਨਾਂ ਦੇ ਹੀ ਨਾਲ ਹੀ ਅਸੀਂ ਸਾਰਾ ਸਿਸਟਮ ਜਿਹੜਾ ਚਲਾ ਕੇ ਅਤੇ ਲੋਕਾਂ ਨੂੰ ਸਪਲਾਈ ਨਿਰਵਿਘਨ ਦੇਵਾਂਗੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।